ਪੱਟੀਆਂ ਗਿੱਧੇ ਦੇ ਵਿੱਚ ਪੌਣ ਪੜਥੂ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਹੁਸਣ ਦੀਆਂ ਹੱਟੀਆਂ ਗਿੱਧੇ ਦੇ ਵਿੱਚ ਪੌਣ ਪੜਥੂ I'm not your typical, atypical. You gotta watch your energy, cause we were reciprocals. Diamonds so clear, shorty thought they was invisible. Full of Putin vibe, butterflies when the money come to mind. Money make me come. Hanji, 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 Yaro Mitro Belio. Kial Chale Thwada. Welcome back to the channel. PK Swag. Eko whole reaction video lag hai hai. Gaane da naa hai Patli Patang. G Khan featuring Sartaj Virk. Te Fresh Media Record. Jera ke Gary Sadhu Bhai da record hai. ਉਹਦੇ ਉੱਤੇ ਗਾਣਾ ਆਇਆ ਤੇ ਮੈਨੇ ਆ ਜੀ ਇਹ ਗਾਣਾ ਕਿਵੇਂ ਦਾ ਹੋ ਹੁਸਨ ਤੇ ਇੱਥੇ ਹੋਰ ਬਥੇਰੇ ਹਾਂ ਹਾਂ ਮੈਂ ਸਦਕੇ ਜਾਵਾਂ ਉਨਕੇ ਆਹਾ ਵਾਹ ਜੀ ਖਾਨ ਵਾਹ ਕੀ ਗੱਲ ਹੈ ਗੈਰੀ पतली पतंग जेड़ी मारे ठुमके पतली पतंग जेड़ी मारे ठुमके ओ वारने आ नोटियो तो चुम चुमके पतली पतंग जेड़ी मारे ठुमके ओ वारने आ नोटियो तो चुम चुमके हो जी दा शहर विच रौला क्या हुसन दित्ता मौला हो जी दा शहर विच रौला क्या हुसन दित्ता मौला सब कुछ लाया उन्हें चुन चुन के ਫਨੀ ਜਿਹਾ ਗਾਣਾ ਬਣਾਇਆ ਮਜ਼ਾਇਆ ਫਨੀ ਲੇਕਿਨ ਵਿੱਚ ਐਕਟਿੰਗ ਵੀ ਵਹਾਈ ਗਈ ਹੈ ਤੇ ਗੈਰੀ ਸੰਧੂ ਬਾਈ ਜ਼ਿੰਦਾਬਾਦ ਜੀ ਖਾਨ ਦੀ ਆਵਾਜ਼ ਬਹੁਤ ਹੀ ਘੈਂਟ ਹੈ ਬਹੁਤ ਹੀ ਰੁੜਕਾ ਨੱਚਦਾ ਸਾਰਾ ਭਦੌੜ ਮੇਰਾ ਖਿਆਲ ਹੈ ਕਿ ਅਰਜਨ ਢਿੱਲੋਂ ਇੱਥੋਂ ਦਾ ਤੇ ਗੈਰੀ ਸੰਧੂ ਜਿਹੜਾ ਉਹ ਇੱਥੋਂ ਦਾ ਵਾਹ ਵਾਹ ਜੀ ਵਾਹ ਵਿੱਚ ਚੰਡੀਗੜ੍ਹ ਡੇਰੇ ਦਾਡੇ ਜਿੱਥੇ ਸਪੀਕਰ ਵੱਜਦੇ ਸਾਡੇ ਗੈਰੀ ਸੰਧੂ ਕਮਾਲ ਦੀ ਜੋੜੀ ਹੈ ਬਹੁਤ ਹੀ ਸੁਥਰੇ ਆਰਟਿਸਟ ਨੇ ਪੂਰੇ ਗਾਣੇ ਦੇ ਵਿੱਚ ਲਿਰਿਕਸ ਜਿਹੜੇ ਸਨ ਬਹੁਤ ਜ਼ਬਰਦਸਤ ਸਨ ਮਿਊਜ਼ਿਕ ਬਹੁਤ ਘੈਂਟ ਸੀ ਆਵਾਜ਼ ਜੀ ਖਾਨ ਦੀ
ਤੇ ਵਿਰਕ ਦੀ ਬਹੁਤ ਹੀ ਸੁਥਰੀ ਸੀ ਤੇ ਇੱਕ ਜਿਹੜਾ ਕੰਬੀਨੇਸ਼ਨ ਹੈ ਨਾ ਯਾਨੀ ਫਨ ਪਾਰਟ ਦਾ ਮਜ਼ਾ ਦਾ ਤੇ ਇੱਕ ਪੂਰਾ ਮਾਹੌਲ ਬਣਾਇਆ ਹੋਇਆ ਸੀ ਉਹਨਾਂ ਨੇ ਭੰਗੜੇ ਦਾ ਵੀ ਉਹ ਬਹੁਤ ਘੈਂਟ ਸੀ ਜਿਹੜੀ ਸ਼ੂਟਿੰਗ ਹੈ ਉਹ ਉਹਨਾਂ ਨੇ ਕਿਸੇ ਗਰਾਜ ਦੇ ਵਿੱਚ ਸ਼ੂਟ ਕੀਤਾ ਆਪਸ 'ਚ ਯੂ ਨੋ ਲੇਕਿਨ ਓਵਰਆਲ ਬਹੁਤ ਜ਼ਬਰਦਸਤ ਸੀ ਆਈ ਵਾਜ਼ ਵੇਟਿੰਗ ਕਿ ਗੈਰੀ ਸੰਧੂ ਦਾ ਵੀ ਕੋਈ ਪਾਰਟ ਆਏਗਾ ਲੇਕਿਨ ਗੈਰੀ ਸੰਧੂ ਨੇ ਗਾਇਆ ਨਹੀਂ ਸਿਰਫ ਔਰ ਸਿਰਫ ਗੈਰੀ ਸੰਧੂ ਨੇ ਵਿੱਚ ਅਪੀਅਰੈਂਸ ਦਿੱਤੀ ਹੈ ਅਤੇ ਇਹ ਵੀ ਬੜੀ ਗੱਲ ਹੈ ਗੈਰੀ ਸੰਧੂ ਬਹੁਤ ਹੀ ਸੁਥਰਾ ਆਰਟਿਸਟ ਹੈ ਮੈਂ ਦਿਲੋਂ ਬਹੁਤ ਰਿਸਪੈਕਟ ਕਰਨਾ ਗੈਰੀ ਬਾਈ ਦੀ ਅਤੇ ਜੀ ਖਾਨ ਅਤੇ ਗੈਰੀ ਸੰਧੂ ਜਿਹੜੀ ਜੋੜੀ ਬਣੀ ਹੈ ਨਾ ਬਹੁਤ ਜ਼ਬਰਦਸਤ ਅਤੇ ਬਹੁਤ ਹੀ ਸੁਥਰੇ ਅਤੇ ਘੈਂਟ ਗਾਣੇ ਲੈ ਕੇ ਆਏ ਨੇ ਅਤੇ ਰੱਬ ਇੰਝ ਹੀ ਇਹਨਾਂ ਨੂੰ ਤਰੱਕੀਆਂ ਦੇਵੇ ਅਤੇ ਬਹੁਤ ਮਜ਼ਾ ਆਇਆ ਜੀ ਮੈਨੂੰ ਤਾਂ ਬਹੁਤ ਹੀ ਸੁਥਰਾ ਗਾਣਾ ਲੱਗਿਆ ਲਿਰਿਕਸ ਬੀਟ ਹਰ ਚੀਜ਼ ਔਨ ਪੁਆਇੰਟ ਸੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਰਿਐਕਸ਼ਨ ਵੀਡੀਓ ਕਿਵੇਂ ਦੀ ਲੱਗੀ ਹੈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇੱਜ਼ਤ ਕਰੋ ਅਤੇ ਇੱਜ਼ਤ ਕਰਾਓ ਮਾਂ ਬਾਪ ਦਾ ਸਤਿਕਾਰ ਕਰੋ ਨਸ਼ਿਆਂ ਤੋਂ ਦੂਰ ਰਹੋ ਅਤੇ ਮਿਲਦੇ ਹਾਂ ਜੀ ਅਗਲੇ ਰਿਐਕਸ਼ਨ ਵੀਡੀਓ ਤੱਕ ਰੱਬ I remember when them niggas used to doubt that I was waiting on a loving, get an ounce back Greatest blessings, my mistakes, I learned to bounce back Throwing money just to flex and watch it bounce that I still remember time